ਇਹ ਜੀ ਮੈਂ ਕਾਫੀ ਟਾਈਮ ਤੋਂ ਅਰਦਾਸ ਚੈਰੀਟੇਬਲ ਟਰੱਸਟ ਦੇ ਨਾਲ ਜੁੜਿਆ ਹੋਇਆ ਜੀ, ਅਤੇ ਹੈਗੀ ਆ ਲੋਕ ਸੇਵਾ ਦੀ ਭਾਵਨਾ, ਅਤੇ ਪਰਿਵਾਰ ਦੇ ਵਿੱਚ ਵੀ ਸੀਗਾ, ਅਤੇ ਡੈਡੀ ਨੂੰ ਵੀ ਇੱਛਾ ਹੁੰਦੀ ਸੀ ਵੀ ਲੋਕ ਸੇਵਾ ਕਰਦੇ ਰਹੀਏ, ਅਤੇ ਹੁਣ ਡੈਡੀ ਤਾਂ ਨਹੀਂ ਰਹੇ ਸਾਡੇ ਵਿੱਚ, ਚਲੋ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ, ਪਿਛਲੇ ਸਾਲ ਵੀ ਉਹਨਾਂ ਦੀ ਬਰਸੀ 'ਤੇ ਅੱਖਾਂ ਦਾ ਕੈਂਪ ਲਗਵਾਇਆ ਸੀਗਾ, ਇਸ ਵਾਰ ਡਾਕਟਰ ਸਾਹਿਬ ਨਾਲ ਗੱਲ ਹੋਈ ਤਾਂ ਅਸੀਂ ਹੱਡੀਆਂ ਦਾ ਜਾਂਚ ਅਤੇ ਮੁਫਤ ਜਾਂਚ ਕੈਂਪ ਲਗਾ ਰਹੇ ਹਾਂ, ਅਤੇ ਇਹੀ ਚਾਹੁੰਦੇ ਹਾਂ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਹੋ ਸਕੇ। ਅੱਜ ਹੱਡੀਆਂ ਦੇ ਰੋਗਾਂ ਦੀ ਹੋ ਰਹੀ ਜੀ, ਸਪੈਸ਼ਲ ਹੱਡੀਆਂ ਦਾ, ਕੋਈ ਵੀ ਗੋਡੇ ਬਦਲਿਆ, ਚੂਲੇ ਦਾ, ਕਿਸੇ ਡਿਸਕ ਪ੍ਰੋਬਲਮ ਆ, ਇਹ ਡਾਕਟਰ ਸਾਹਿਬ ਸਰਸੇ ਤੋਂ ਨੇਗੇ, ਗੋਲਡ ਮੈਡਲਿਸਟ ਨੇ ਵਧੀਆ, ਅਤੇ ਵਧੀਆ ਸੇਵਾਵਾਂ ਦੇ ਰਹੇ ਨੇ ਆਪਣੇ ਇਲਾਕੇ ਦੇ ਵਿੱਚ, ਅਤੇ ਵਧੀਆ ਡਾਕਟਰ ਸਾਹਿਬ ਦਵਾਈ ਵਗੈਰਾ ਦੇਣਗੇ। ਦਵਾਈਆਂ ਵਗੈਰਾ ਜੀ? ਦਵਾਈਆਂ ਫਰੀ ਦਿੱਤੀਆਂ ਜਾਣਗੀਆਂ ਅੱਜ, ਅਤੇ 5 ਦਿਨਾਂ ਦੀ ਦਵਾਈ ਇੱਕ ਵਾਰੀ ਫਰੀ ਦਿੱਤੀ ਜਾਊਗੀ, ਉਸ ਤੋਂ ਬਾਅਦ ਵੀ ਕਲੱਬ ਦੀ ਸਟੈਂਪ ਲੱਗੀ ਹੋਊਗੀ ਤਾਂ ਉਹ ਪਰਚੀ ਦੇ ਉੱਤੇ ਉਹਨਾਂ ਨੂੰ ਡਿਸਕਾਊਂਟ ਵਗੈਰਾ ਵਧੀਆ ਮਿਲੂਗਾ ਜੀ। ਅਗਰ ਕਿਸੇ ਨੂੰ ਆਪਰੇਸ਼ਨ ਵਗੈਰਾ ਦੀ ਲੋੜ ਪੈਂਦੀ ਹੈ, ਜੇ ਤਾਂ ਉਹ ਆਪਣੇ ਆਪ ਕਰਵਾ ਸਕਦਾ ਤਾਂ ਜ਼ਿਆਦਾ ਵਧੀਆ ਜੀ, ਨਹੀਂ ਫਿਰ ਅਸੀਂ ਕਲੱਬ ਬੰਨੀ ਉਹਦੀ ਸਹਾਇਤਾ ਕਰਾਂਗੇ ਜਿੱਥੋਂ ਤੱਕ ਵੀ ਹੋ ਸਕੇ ਜੀ। ਸਾਡਾ ਇਹੀ ਹੈ ਵੀ ਲੋੜਵੰਦ ਅਤੇ ਗਰੀਬਾਂ ਦੀ ਸਹਾਇਤਾ ਕੀਤੀ ਜਾਵੇ, ਕਲੱਬ ਦਾ ਕਮੇਟੀ ਵੀ ਸਾਡਾ ਇਹ ਹੈ ਜੀ ਸ਼ੁਰੂ ਤੋਂ। ਪਹਿਲੀ ਗੱਲ ਤਾਂ ਮੈਂ ਤੁਹਾਡੇ ਸਾਰੇ ਪ੍ਰੈਸ ਦਾ ਧੰਨਵਾਦ ਕਰਦਾ, ਜਿਹੜੇ ਇੱਥੇ ਆ ਕੇ ਸਾਡਾ ਤੁਸੀਂ ਮਾਣ ਵਧਾਇਆ, ਔਰ ਜੋ ਇਹ ਟੈਂਪਲ ਆਇਆ ਹੈਗਾ ਸਾਡੇ ਮਾਸਟਰ ਜੀ ਯਾਦ ਵਿੱਚ ਆਤਮਾ ਸਿੰਘ ਵਿੱਚ, ਇਹ ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲ ਵੀ ਅਸੀਂ ਅੱਖਾਂ ਦਾ ਕੈਂਪ ਲਵਾਇਆ ਸੀਗਾ, ਇਸ ਸਾਲ ਅਸੀਂ ਹੱਡੀਆਂ ਜੋੜਾਂ ਦਾ ਕੈਂਪ ਲਵਾਇਆ। ਸਮੇਂ ਅਨੁਸਾਰ ਜਿਵੇਂ ਕੋਈ ਬਿਮਾਰੀ ਚੱਲੀ ਜਾਂਦੀ ਹੈ, ਜਿਵੇਂ ਹੱਡੀਆਂ ਦੇ ਗੋਡਿਆਂ ਦੇ ਹੋ ਗਏ, ਜਾਂ ਮਤਲਬ ਕਿ ਕੋਈ ਹੋਰ ਵੀ ਰੀੜ੍ਹ ਦੀ ਹੱਡੀ ਦਾ ਦਰਦ ਹੈ ਜਾਂ ਹੋਰ ਹੈ, ਉਹਨਾਂ ਦੇ ਸੰਬੰਧਿਤ ਡਾਕਟਰ ਬਾਈਕੀ ਚੌਧਰੀ ਸਿਰਸਾ ਤੋਂ ਆਏ ਹੋਏ ਨੇਗੇ, ਅਤੇ ਅਸੀਂ ਕੈਂਪ ਲਵਾਇਆ ਵੀ ਲੋੜ ਅਨੁਸਾਰ ਜੋ ਵੀ ਇੱਥੇ ਆਵੇ ਦਵਾਈ ਵੀ ਫਰੀ ਮਿਲੂਗੀ, ਚੈੱਕਅਪ ਵੀ ਫਰੀ ਹੋਊਗੀ ਜੀ। ਪਤਾ ਹੋਵੇ ਹੁਣ ਤੱਕ ਕਿੰਨੇ ਕੁ ਚੈੱਕਅਪ ਆ ਜਿਹੜੇ ਹੋ ਚੁੱਕੇ ਜੀ? ਹਲੇ ਤਾਂ ਆਏ ਨੇ, ਹਲੇ ਥੋੜ੍ਹੇ ਡਾਕਟਰ ਸਾਹਿਬ ਲੇਟ ਹੋ ਗਏ, ਐਮਰਜੈਂਸੀ ਆ ਗਈ ਸੀਗੀ, 20-25 ਮਰੀਜ਼ ਚੈੱਕਅਪ ਕਰ ਚੁੱਕੇ ਇਹ ਤੋਂ ਪਹਿਲਾਂ। ਠੀਕ ਹੈ, ਕਿੰਨੇ ਕੁ ਦਾ ਟਾਰਗੇਟ ਹੈ, ਕਿੰਨੇ ਕੁ ਮਰੀਜ਼? ਟਾਰਗੇਟ ਤਾਂ 300-400 ਟਾਰਗੇਟ ਹੋ ਹੀ ਜਾਂਦਾ ਹੈਗਾ। ਹੋ ਹੀ ਜਾਂਦਾ, ਹਾਂਜੀ। ਅਤੇ ਕਲੱਬ ਵੱਲੋਂ ਕੀ ਕੀ ਸਹੂਲਤਾਂ ਮਰੀਜ਼ਾਂ ਨੂੰ ਜਿਹੜੀਆਂ ਦਿੱਤੀਆਂ ਜਾਂਦੀਆਂ ਜੀ? ਸਹੂਲਤਾਂ ਕਲੱਬ ਵੱਲੋਂ ਐਂ ਜੀ, ਲੋੜ ਅਨੁਸਾਰ ਜੇ ਕੋਈ ਮਰੀਜ਼ ਆਉਂਦਾ ਹੈ, ਉਹਨੂੰ ਜਿਹਦਾ ਕੋਈ ਮਤਲਬ ਕਿ ਜ਼ਿਆਦਾ ਗਰੀਬ ਹੈ ਤਾਂ ਉਹਨੂੰ ਮਦਦ ਕੀਤੀ ਜਾਂਦੀ ਹੈ ਕਲੱਬ ਵੱਲੋਂ ਵੀ, ਜੇ ਕੋਈ ਮਤਲਬ ਕਿ ਡਿਸਕਾਊਂਟ ਭਾਲਦਾ, ਡਾਕਟਰ ਸਾਹਿਬ ਨੂੰ ਕਹਿੰਦੇ ਵੀ ਥੋੜ੍ਹਾ ਜਿਹਾ ਡਿਸਕਾਊਂਟ ਕਰ ਦਿਓ ਵੀ ਇਹਦਾ ਫਾਇਦਾ ਹੋ ਜਾਏ ਕੋਈ, ਇਸੇ ਕਰਕੇ ਅਸੀਂ ਕੈਂਪ ਲਗਾਉਣੇ ਵੀ ਕਿਸੇ ਗਰੀਬ ਦਾ ਫਾਇਦਾ ਹੋਏ।